ਪਾਸੇ ਕੋਰੋਨਾ ਦੇ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਹੋਇਆ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾਣ ਨਾਲ ਜਿੱਥੇ ਪੂਰੇ ਪੰਜਾਬ ਅੰਦਰ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਅੰਦਰ ਲਾਕਡਾਊਨ ਕੀਤਾ ਹੋਇਆ ਤੇ ਕਰਿਆਨੇ ਅਤੇ ਮੈਡੀਕਲ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਸਖ਼ਤ ਆਦੇਸ਼ ਦਿੱਤੇ ਗਏ ਨੇ ਪਰ ਪੱਟੀ ਸ਼ਹਿਰ ਵਿੱਚ ਲਾਕਡਾਊਨ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੁੱਲ੍ਹਦੇ ਨਜ਼ਰ ਆਏ ਅਤੇ ਸਿਹਤ ਵਿਭਾਗ ਦੇ ਇਸ ਹੁਕਮਾਂ ਨੂੰ ਢਿੱਚ ਜਾਣਿਆ ਗਿਆ ਇਸ ਸੰਬੰਧੀ ਜਦ ਪੱਤਰਕਾਰ ਦੀ ਟੀਮ ਵੱਲੋਂ ਇਸ ਠੇਕੇਦਾਰ ਦੀ ਵੀਡੀਓ ਕਵਰੇਜ ਕਰਨੀ ਚਾਹੀ ਤਾਂ ਠੇਕੇਦਾਰ ਵਿੱਚ ਮੌਜੂਦ ਕਰਿੰਦੇ ਨੇ ਦੱਸਿਆ ਕਿ ਉਹਨਾਂ ਨੂੰ DSP ਪੱਟੀ ਨੇ ਮਨਜ਼ੂਰੀ ਦਿੱਤੀ ਹੈ ਜਿਸ ਕਰਕੇ ਉਹਨਾਂ ਠੇਕਾ ਖੋਲਿਆ ਉਧਰ ਹੀ ਜਦ ਇਸ ਸੰਬੰਧੀ ਮੌਜੂਦ SHO ਅਜੇ ਕੁਮਾਰ ਨੂੰ ਇਸ ਬਾਰੇ ਪੁੱਛਿਆ ਗਿਆ ਕਿ DSP ਨੇ ਠੇਕਾ ਖੋਲਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ ਤੇ ਤੁਹਾਨੂੰ ਪਤਾ ਹੈ ਜੀ ਕਰਫਿਊ ਲੱਗਾ ਹੈਗਾ 31 ਮਾਰਚ ਤੱਕ ਹਾਂਜੀ ਹਾਂਜੀ ਤੇ ਤੁਸੀਂ ਇਹ ਠੇਕਾ ਕਿਉਂ ਖੋਲਿਆ ਸਾਨੂੰ ਹੁਕਮ ਮਿਲਾ DSP ਵੱਲੋਂ ਖੋਲਣ ਦਾ ਕਿਹੜੇ DSP ਵੱਲੋਂ ਪੱਟੀ ਵੱਲੋਂ ਕੀ ਨਾਂ ਹੈ DSP ਦਾ DSP ਦਾ ਨਾਂ ਹੈ ਹਾਂਜੀ ਕਮਲਜੀਤ ਸਿੰਘ ਕਮਲਜੀਤ ਸਿੰਘ ਔਰ ADC ਦਾ ਲੈਟਰ ਦੀ ਆ ਕਿੱਥੇ ਉਹ ਲੈਟਰ ਕਿੱਥੇ ਲੈਟਰ ਦਫ਼ਤਰ ਹੈ ਸਰ ਇੱਕ ਅੱਜ ਠੇਕਾ ਖੁੱਲ੍ਹਾ ਹੈ ਕਿ ਜਿਹੜੇ ਫਿਲਹਾਲ ਕਿ ਅੱਜ ਮੁਕੰਮਲ ਤੌਰ 'ਤੇ ਬੰਦ ਆ ਨਹੀਂ ਆਪਾਂ ਤਾਂ ਸਾਰੇ ਬੰਦ ਕਰਾ ਦਿੱਤੇ ਸਵੇਰੇ ਵੀ ਬੰਦ ਸੀਗੇ ਜਦੋਂ ਆਪਣੇ SDM ਸਾਹਿਬ ਅਤੇ DSP ਸਾਹਿਬ ਨਾਲ ਸੀਗੇ ਅਤੇ ਦੁਬਾਰਾ ਇਹਨਾਂ ਨੂੰ ਕੋਈ ਨਹੀਂ ਕਹਿ ਦਿੰਦੇ ਹਾਂ ਅਤੇ ਸਰ ਉਹਨਾਂ ਦਾ ਕਹਿਣਾ ਕਿ DSP ਸਾਹਿਬ ਵੱਲੋਂ ADC ਸਾਹਿਬ ਵੱਲੋਂ ਸਾਨੂੰ ਚਿੱਠੀ ਆਈ ਹੈ ਕਿ ਤੁਸੀਂ ਠੇਕੇ ਖੋਲ੍ਹ ਸਕਦੇ ਨਹੀਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਜੇ ਕੋਈ ਹੋਈ ਤਾਂ ਉਹਨੂੰ ਵੈਰੀਫਾਈ ਕਰ ਲੈਂਦੇ ਹਾਂ ਸਰ ਹੁਣ ਵੀ ਵੇਖਿਆ ਗਿਆ ਠੇਕਾ ਸਾਹਮਣੇ ਖੁੱਲ੍ਹਾ ਹੈ ਪਰ ਉਹ 'ਤੇ ਕਾਰਵਾਈ ਕੋਈ ਨਹੀਂ ਹੋਈ ਬਸ ਕੋਈ ਗੱਲ ਨਹੀਂ ਮੈਂ ਆਪ ਪਰਸਨਲੀ ਚੈੱਕ ਕਰ ਲੈਂਦਾ ਠੀਕ ਹੈ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ